ਸੰ 2020 ਜੂਨ ਜੁਲਾਈ ਦਾ ਉਹ ਮਹੀਨਾ ਜਦੋਂ ਇੱਕ ਹੱਸਦਾ ਵਸਦਾ ਪਰਿਵਾਰ ਉਸ ਸਮੇਂ ਉਜੜ ਗਿਆ ਜਦੋਂ ਲਾਪਰੀ ਸਿੰਘ ਲਾਡੀ ਧਨੋਲਾ ਨੇ ਆਪਣੀ ਪਤਨੀ ਬਿਆਨਤ ਕੌਰ ਬਾਜਵਾ ਦੀ ਬੇਵਫਾਈ ਅਤੇ ਉਸ ਵੱਲੋਂ ਤੋੜੇ ਗਏ ਨਾਤੇ ਦੇ ਦੁਖੀ ਹੋ ਕੇ ਅਤੇ ਲੋਕਾਂ ਦੇ ਤਾਣੇ ਮਾਣੇ ਮੇਣਿਆਂ ਨੂੰ ਨਾ ਜਰਦੇ ਹੋਏ ਸੁਸਾਈਡ ਕਰ ਲਿਆ ਉਹ ਪਤਨੀ ਬਿਆਨਤ ਕੌਰ ਬਾਜਵਾ ਜਿਸ ਨੂੰ ਬਹੁਤ ਚਾਵਾ ਦੇ ਨਾਲ ਪਰਿਵਾਰ ਦੀ ਜੋ 4-5 ਕਿੱਲੇ ਦੀ ਕੁੱਲ ਜ਼ਮੀਨ ਦੀ ਸੰਪਤੀ ਸੀ ਉਸ ਨੂੰ ਗਹਿਣੇ ਤਰਕੇ 25 ਤੋਂ 30 ਲੱਖ ਰੁਪਏ ਲਗਾ ਕੇ ਉਸ ਨੂੰ ਕੈਨੇਡਾ ਭੇਜਿਆ ਕੈਨੇਡਾ ਜਾ ਕੇ ਬਿਆਨਤ ਕੌਰ ਬਾਜਵਾ ਨੇ ਆਪਣਾ ਸਾਰਾ ਮਹੰਦਰਾ ਹੀ ਬਦਲ ਲਿਆ ਆਪਣੇ ਸਾਰੇ ਵਿਵਹਾਰ ਬਦਲ ਲਏ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਜਾਰੀ ਰੱਖੀ ਪਰ ਲਾਪਰੀ ਸਿੰਘ ਲਾਡੀ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਬਹੁਤ ਜਿਆਦਾ ਘਟਾ ਦਿੱਤੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਾਰੀ ਗੱਲਬਾਤ ਦੇ ਵਿੱਚ ਜੋ ਬਿਆਨਤ ਕੌਰ ਬਾਜਵਾ ਉਸ ਦੀ ਮਾਤਾ ਨੇ ਬੇਅੰਤਕੋਰ ਬਾਜਵਾ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਲਾਪਰੀ ਸਿੰਘ ਲਾਡੀ ਜੋ ਕਿ ਆਪਣੇ ਪਰਿਵਾਰ ਦੀ ਸਾਰੀ ਮਜਬੂਰੀਆਂ ਨੂੰ ਸਮਝਦਾ ਸੀ ਆਪਣੇ ਪਰਿਵਾਰ ਨੂੰ ਹਮੇਸ਼ਾ ਇਹੀ ਦੋਖੇ ਦੇ ਵਿੱਚ ਰੱਖਦਾ ਰਿਹਾ ਇਹੀ ਲਾਰਿਆ ਦੇ ਵਿੱਚ ਰੱਖਦਾ ਰਿਹਾ ਕਿ ਬਿਆਨਤ ਗੁਰਵਾਜ ਬੌਸ ਦੇ ਨਾਲ ਬਿਲਕੁਲ ਸਹੀ ਗੱਲਬਾਤ ਕਰਦੀ ਹੈ ਪਰ ਦੂਜੇ ਪਾਸੇ ਜਦੋਂ ਉਸ ਨੂੰ ਇੱਕ ਰਬਦੀਪ ਸਿੰਘ ਜੋਹਲ ਨਾਂ ਦੇ ਨੌਜਵਾਨ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੀ ਪਤਨੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਸਾਰਾ ਕੁਝ दांव ਤੇ ਲਗਾ ਕੇ ਤੈਨੂੰ ਬਾਹਰ ਭੇਜਿਆ ਜੇ ਤੂੰ ਕਿਸੇ ਹੋਰ ਨਾਲ ਵੀ ਰਹਿਣਾ ਚਾਹੁੰਦੀ ਹੈ ਤਾਂ ਕੋਈ ਗੱਲ ਨਹੀਂ ਤੂੰ ਮੈਨੂੰ ਇੱਥੇ ਬੁਲਾ ਲਿਆ ਅਤੇ ਜੇਕਰ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਮੇਰਾ ਕੈਨੇਡਾ ਦਾ ਨਹੀਂ ਬਣ ਰਿਹਾ ਤਾਂ ਬੇਅੰਤ ਕੋਈ ਗੱਲ ਨਹੀਂ ਤੂੰ ਸਭ ਕੁਝ ਛੱਡ ਕੇ ਵਾਪਸ ਆ ਜਾ ਆਪਾਂ ਇੱਥੇ ਦੋਵੇਂ ਬਹੁਤ ਖੁਸ਼ੀ ਨਾਲ ਰਹਾਂਗੇ ਮੈਂ ਤੇਰੇ ਨਾਲ ਜ਼ਿੰਦਗੀ ਜਿਉਣੀ ਚਾਹੁੰਨਾ ਇਹਨਾਂ ਗੱਲਾਂ ਦੀ ਗਵਾਹੀ ਭਰਦੀਆਂ ਨੇ ਲਾਪਰੇ ਸਿੰਘ ਲਾਢੀ ਅਤੇ ਬਿਆਨਤਕੌਰ ਬਾਜਵਾ ਦੇ ਵਿੱਚ ਹੋਈਆਂ ਚੈਟਸ ਅਤੇ ਚੈਟਸ ਇਹ ਵੀ ਦੋਸਤੋ ਗਵਾਹੀ ਭਰਦੀਆਂ ਨੇ ਕਿ ਕਿਸ ਤਰ੍ਹਾਂ ਬਿਆਨਤਕੌਰ ਬਾਜਵਾ ਲਾਪਰੇ ਸਿੰਘ ਲਾਢੀ ਨੂੰ ਇਗਨੋਰ ਕਰ ਰਹੀ ਸੀ ਉਸ ਸਮੇਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਸ਼ਾਇਦ ਲਾਪਰੇ ਸਿੰਘ ਲਾਢੀ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਕਿਉਂਕਿ ਲੰਮਾ ਸਮਾਂ ਗੁਜ਼ਰਦਾ ਜਾ ਰਿਹਾ ਸੀ ਪਰ ਦੋਸਤੋ ਕਾਨੂੰਨ ਆਪਣਾ ਕੰਮ ਕਰ ਰਿਹਾ ਸੀ ਕਿ ਜਿਵੇਂ ਕਿ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈ ਕਿ ਬੇਸ਼ੱਕ ਦਾਸ਼ ਗੁਨਾਹਗਰ ਬਾਤ ਜਣ ਪਰ ਕਿਸੇ ਬੇਕਸੂਰ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਅਤੇ ਪ੍ਰਸ਼ਾਸਨ ਨੇ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਦੇ ਨਾਲ ਨਿਭਾਈ ਅਤੇ ਹੁਣ ਬੰਦਕੌਰ ਬਾਜਵਾ ਦੀ ਮਾਤਾ ਤੇ ਧਾਰਾ 306 ਅਤੇ 420 ਦਾ ਮੁਕੱਦਮਾ ਦਰਜ ਹੋ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਅਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਇਹ ਵੀ ਸਾਹਮਣੇ ਆਇਆ ਕਿ ਇੱਕ ਧਾਰਾ ਦਾ ਹੋਰ ਵਾਧਾ ਕੀਤਾ ਗਿਆ ਜੋ ਕਿ 120 ਬੀ ਹੈ ਕਿਸੇ ਨਾਲ ਧੋਖਾ ਧੜੀ ਕਰਨਾ ਅਤੇ ਕਾਨੂੰਨ ਦੇ ਮਾਹਰ ਕਹਿੰਦੇ ਨੇ ਕਿ ਹੁਣ ਬਿਆਨਤਕੋਰ ਬਾਜਵਾ ਦੀ ਮਾਤਾ ਦਾ ਬਾਹਰ ਨਿਕਲਣਾ ਜਾਂ ਫਿਰ ਜਮਾਨਤ ਹੋਣਾ ਬਹੁਤ ਜਿਆਦਾ ਮੁਸ਼ਕਲ ਹੈ ਤੇ ਦੂਜੇ ਪਾਸੇ ਹੁਣ ਬਿਆਨਤਕੋਰ ਬਾਜਵਾ ਨੂੰ ਵੀ ਵਾਪਸ ਆਉਣਾ ਪਵੇਗਾ ਕਿਉਂਕਿ ਉਸ ਦੇ ਉੱਪਰ ਇਸ ਗੱਲ ਦੇ ਕਰਕੇ ਬਹੁਤ ਵੱਡਾ ਪ੍ਰੈਸ਼ਰ ਪੈਰ ਹੈ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਜੋ ਮੁਕਦਮਾ ਦਰਜ ਕੀਤਾ ਗਿਆ ਉਸ ਦੇ ਵਿੱਚ ਬਿਆਨਤਕੋਰ ਬਾਜਵਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਦੋਸਤੋ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬਿਆਨਤਕੋਰ ਬਾਜਵਾ ਦੇ ਪਿਤਾ ਤੇ ਦਰਿਆਦਲੀ ਦਿਖਾਉਂਦੇ ਹੋਏ ਲਾਪਰੀ ਸਿੰਘ ਲਾਡੀ ਨੇ ਕੋਈ ਕਾਰਵਾਈ ਨਹੀਂ ਕਰਾਈ ਕਿਉਂਕਿ ਉਸ ਦੇ ਪਿਤਾ ਬਿਮਾਰ ਰਹਿੰਦੇ ਨੇ ਅਤੇ ਦੋਸਤੋ ਇਹ ਵੀ ਲਾਪਰੀ ਸਿੰਘ ਲਾਡੀ ਦੇ ਪਰਿਵਾਰ ਦਾ ਬੜਪਣ ਹੈ ਕਿ ਇੰਨਾ ਵੱਡਾ ਉਹਨਾਂ ਦੇ ਨਾਲ ਧੋਖਾ ਉਹਨਾਂ ਦੇ ਇੱਕ ਤਰੀਕੇ ਨਾਲ ਪਰਿਵਾਰ ਨੂੰ ਖਤਮ ਕਰਨ ਵਾਲੇ ਉਜਾੜ ਦੇਣ ਵਾਲੇ ਪਰਿਵਾਰ ਤੇ ਵੀ ਉਹ ਇਸ ਤਰ੍ਹਾਂ ਤਰਸ ਕਰ ਰਹੇ ਨੇ ਤੇ ਦੂਜੇ ਪਾਸੇ ਦੋਸਤੋ ਇਸ ਸਾਰੇ ਕੇਸ ਦੇ ਵਿੱਚ ਇੱਕ ਸਲੂਟ ਬਣਦਾ ਹੈ ਲਾਪਰੇ ਸਿੰਘ ਲਾਡੀ ਦੇ ਚਾਚਾ ਹਿੰਦੀ ਧਨੋਲਾ ਨੂੰ ਜਿਨ੍ਹਾਂ ਨੇ ਕਿ ਇਸ ਸਾਰੇ ਮੁਕੱਦਮੇ ਨੂੰ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਕਿਉਂਕਿ ਲਾਪਰੇ ਸਿੰਘ ਲਾਡੀ ਦੇ ਮਾਤਾ ਪਿਤਾ ਜਿੱਥੇ ਇਹਨਾਂ ਸਾਰੀਆਂ ਗੱਲਾਂ ਤੋਂ ਅਣਜਾਣ ਸਨ ਉੱਥੇ ਲਾਪਰੇ ਸਿੰਘ ਲਾਡੀ ਦੇ ਚਲੇ ਜਾਣ ਦੇ ਕਰਕੇ ਬੇहद ਸਦਮੇ ਦੇ ਵਿੱਚ ਵੀ ਸਨ ਪਰ ਹਿੰਦੀ ਧਨੋਲਾ ਜੀ ਨੇ ਇਸ ਸਾਰੀ ਵਾਕਡਾਊਨ ਨੂੰ ਸੰਭਾਲਦੇ ਹੋਏ ਜਿੱਥੇ ਇਸ ਕੇਸ ਨੂੰ ਪੂਰੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਉੱਥੇ মিডিਆ ਦੇ ਵਿੱਚ ਵੀ ਲਗਾਤਾਰ ਲੇਕ ਜਾਂਦੇ ਰਹੇ ਅਤੇ ਨਾਲ ਹੀ ਧਰਨੇ ਮੁਜ਼ਾਹਰੇ ਵੀ ਕੀਤੇ ਲਾਪਰੇ ਸਿੰਘ ਲਾਡੀ ਨੇ ਇਨਸਾਫ ਦੇ ਲਈ ਅਤੇ ਹੁਣ ਇਨਸਾਫ ਸਾਹਮਣੇ ਮਿਲਦਾ ਦਿਖਾਈ ਦੇ ਰਿਹਾ ਹੈ ਦੱਸ ਦਈਏ ਕਿ ਹਰ ਚਰਨ ਕੇਸ ਬਾਰੇ ਵੀ ਬਹੁਤ سارے ਦੋਸਤ ਕਮੈਂਟ ਕਰਦੇ ਨੇ ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਕਾਨੂੰਨ ਤੇ ਵਿਸ਼ਵਾਸ ਰੱਖੋ ਜ਼ਰੂਰ ਇੱਕ ਦਿਨ ਹਰਚਰਨ ਸਿੰਘ ਨੂੰ ਵੀ ਇਸੇ ਤਰ੍ਹਾਂ ਹੀ ਇਨਸਾਫ ਮਿਲੇਗਾ ਅਤੇ ਜਿਵੇਂ ਹੀ ਕੋਈ ਅਪਡੇਟ ਇਹਨਾਂ ਦੇ ਬਾਰੇ ਸਾਹਮਣੇ ਆਉਂਦਾ ਹੈ ਉਸੇ ਸਮੇਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਇਸ ਲਈ ਤੁਸੀਂ ਲਗਾਤਾਰ ਅਨਲਿमिटेड ਖੰਦੇ ਨਾਲ ਬਨੇ ਰਹਿਣਾ ਤੇ ਦੋਸਤੋ ਕਾਨੂੰਨੀ ਮਾਰਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਬਿਆਨਤਕੌਰ ਬਾਜਵਾ ਨੂੰ ਵੀ ਵਾਪਸ ਆਉਣਾ ਪਵੇਗਾ ਕਿਉਂਕਿ ਪਰਿਵਾਰ ਦਾ ਪ੍ਰੈਸ਼ਰ ਉਸ ਦੇ ਉੱਪਰ ਹੈ ਬਾਕੀ ਦੇਖਣਾ ਹੋਵੇਗਾ ਕਿ ਜਿਵੇਂ ਉਸ ਨੇ ਪਤੀ ਤੋਂ ਮੁੱਖ ਮੋੜਿਆ ਕਿਤੇ ਪਰਿਵਾਰ ਤੋਂ ਤਾਂ ਨਹੀਂ ਮੁੱਖ ਮੋੜਦੀ ਮਿਲਦੇ ਆ ਜਲਦ ਹੋਰ ਤਾਜ਼ਾ ਅਪਡੇਟ ਦੇ ਨਾਲ ਧੰਨਵਾਦ